ਮੈਂ ਸਰਬਜੀਤ ਸਿੰਘ ਆ ਜੀ ਮੈਂ ਮਾਨਸਾ ਤੋਂ ਆ ਜੀ ਕੀ ਕਰ ਰਹੇ ਹੋ ਜੋ ਮੈਰੀਟੋਰੀਅਸ ਸਕੂਲ ਦੇ ਵਿੱਚ ਆਏ ਹੋ ਅੱਜ ਬੱਚਿਆਂ ਲਵੇ ਬੱਚਿਆਂ ਲਵੇ ਜੀ ਇਹਨਾਂ ਨੇ ਜਦੋਂ ਵੀ ਅਸੀਂ ਕੋਈ ਪਿੰਡ ਵਿੱਚ ਹੁਣ ਸਾਡੇ ਕੋਲ ਮੈਸੇਜ ਜਾਂਦਾ ਵੀ ਤੁਹਾਡੇ ਬੱਚੇ ਬਿਮਾਰ ਆ ਜਲਦੀ ਆ ਕੇ ਲੈ ਜਾਓ ਪਹਿਲਾਂ ਬੱਚਿਆਂ ਦੀ ਦੇਖ ਰੇਖ ਨਹੀਂ ਕਰਦੇ ਇਹ ਘਟੀਆ ਖਾਣਾ ਦੇ ਰਹੇ ਆ ਹੁਣ ਵੀ 2-3 ਦਿਨ ਹੋ ਗਏ ਬੱਚਿਆਂ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਸੁੰਡ ਵਗੈਰਾ ਨਿਕਲ ਰਹੇ ਆ ਕੀ ਆਪਣੇ ਬੱਚਿਆਂ ਨੂੰ ਇਹੋ ਜਿਹਾ ਖਾਣਾ ਖਿਲਾਉਣਗੇ ਜਦੋਂ ਅਸੀਂ ਬੱਚੇ ਇੱਥੇ ਛੱਡ ਕੇ ਜਾਂਦੇ ਆਖਣਗੇ ਸਾਡੇ ਬੱਚੇ ਆ ਕੋਈ ਗੱਲ ਨਹੀਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਦੋਂ ਇਹ ਸਾਨੂੰ ਕਹਿੰਦੇ ਚਿੰਤਾ ਕਰਦੇ ਆਪਦੇ ਬੱਚੇ ਨੂੰ ਇਹੋ ਜਿਹਾ ਖਾਣਾ ਖਿਲਵਾਉਣਗੇ ਇਹ ਨੰਬਰ 2 ਸਾਡਾ ਫੋਨ ਵੀ ਨਹੀਂ ਚੱਕਦੇ ਜੀ ਅਸੀਂ ਕਈ ਵਾਰੀ ਬੱਚੇ ਦਾ ਕੋਈ ਦੁੱਖ ਤਕਲੀਫ ਪੁੱਛਣਾ ਵੀ ਅਸੀਂ ਜੀ ਬੱਚਾ ਸਾਡਾ ਕਿਵੇਂ ਆ ਫੋਨ ਵੀ ਨਹੀਂ ਸਾਡਾ ਉਠਾਉਂਦੇ ਜੀ ਇੱਕ ਵਾਰ ਦੀ ਗੱਲ ਆ ਜੀ ਮੇਰੀ ਗੁੜੀਆ ਬਿਮਾਰ ਹੋ ਗਈ ਜਦੋਂ ਗੁੜੀਆ ਬਿਮਾਰ ਹੋ ਗਈ ਕਹਿੰਦੇ ਵੀ ਲੈ ਜਾਓ ਮੈਂ ਬਾਹਰੋਂ ਪ੍ਰਾਈਵੇਟ ਡਾਕਟਰ ਤੋਂ ਟੈਸਟ ਕਰਵਾ ਕੇ ਗੁੜੀਆ ਨੂੰ ਸਕੂਲ ਤੋਂ ਛੱਡ ਗਿਆ ਜੀ ਫੋਨ ਆਇਆ ਕਿੰਨੇ ਕਿੰਨੇ ਬੱਚੇ ਕੀ ਸਥਿਤੀ ਉਹਨਾਂ ਦੀ ਮੇਰੇ ਕੋਲ ਤਕਰੀਬਨ ਜਿਹੜੇ ਹੈਗੇ ਨੇਗੇ 40 ਬੱਚੇ ਆਏ ਨੇਗੇ ਜਿਹੜੇ ਸਾਰੇ ਕੰਪਲੇਂਟ ਕਰ ਰਹੇ ਨੇ ਵੀ ਸਾਨੂੰ ਜਿਹੜਾ ਹੈਗਾ ਸਾਡੇ ਪੇਟ ਦਰਦ ਹੋ ਰਿਹਾ ਹੈਗਾ ਤੇ ਸਾਨੂੰ ਉਲਟੀ ਹੋ ਰਹੀ ਨਹੀਂ ਗਿਆ ਸਾਡੇ ਵੱਲੋਂ ਸਾਰੇ ਬੱਚਿਆਂ ਦੀ ਪ੍ਰੋਪਰ ਕੇਅਰ ਕੀਤੀ ਗਈ ਹੈ ਪ੍ਰੋਪਰ ਟੀਮਾਂ ਬਣਾ ਕੇ ਉਹਨਾਂ ਦਾ ਫ੍ਰੀ ਟੈਸਟ ਕਰਵਾਤੇ ਨੇਗੇ ਸਾਰਾ ਟ੍ਰੀਟਮੈਂਟ ਸ਼ੁਰੂ ਕਰਤਾ ਗਿਆ ਜਿੰਨੇ ਬੱਚੇ ਐਡਮਿਟ ਨੇਗੇ ਸਾਰਿਆਂ ਦੀ ਜਨਰਲ ਕੰਡੀਸ਼ਨ ਹੈ ਬਿਲਕੁਲ ਸਟੇਬਲ ਹੈ ਸਾਰੇ ਬੱਚੇ ਠੀਕ ਠਾਕ ਨੇਗੇ ਤੇ ਸਾਰੇ ਖਤਰੇ ਤੋਂ ਬਾਹਰ ਨੇ ਇੱਕ ਇੱਕ ਕੀ ਸਕੂਲ ਦੇ ਨੇ ਕਿਹੜੇ ਸਕੂਲ ਦੇ ਨੇ ਜੀ ਇਹ ਮੈਰੀਟੋਰੀਅਸ ਸਕੂਲ ਕਾਬਦੰਦ ਬੱਚੇ ਨੇ ਅੱਛਾ ਜੀ ਕੀ ਸਾਰੇ ਬੱਚਿਆਂ ਦੀ ਸਥਿਤੀ ਇੱਕੋ ਜੀ ਹੈ ਹਾਂ ਬਿਲਕੁਲ ਸਾਰੇ ਬੱਚੇ ਦੇ ਕੰਪਲੇਂਟ ਸੇਮ ਕੰਪਲੇਂਟ ਕਰ ਰਹੇ ਨੇਗੇ ਵੀ ਸਾਡੇ ਪੇਟ ਦਰਦ ਹੋ ਰਿਹਾ ਹੈ ਤੇ ਸਾਨੂੰ ਉਲਟੀ ਆ ਰਹੀ ਹੈ ਇਹ ਕਦੋਂ ਤੋਂ ਆ ਰਹੇ ਨੇ ਇਹ ਬੱਚੇ ਸਾਡੇ ਕੋਲ ਰਾਤ ਨੂੰ ਸ਼ੁਰੂ ਹੋਏ ਸੀਗੇ ਰਾਤੀ ਸਾਡੇ ਕੋਲ 20 ਬੱਚੇ ਆਏ ਸੀਗੇ ਉਹਨਾਂ ਦੇ ਵਿੱਚੋਂ ਸਾਡੇ ਕੋਲ 4 ਬੱਚੇ ਦਾਖਲ ਨੇ 16 ਨੂੰ ਅਸੀਂ ਛੁੱਟੀ ਕਰ ਚੁੱਕੇ ਹਾਂਗੇ ਜਿਸ ਤਰ੍ਹਾਂ ਦੀ ਇਹਨਾਂ ਸਥਿਤੀ ਹੈ ਕੀ ਲੱਗਦਾ ਵੀ ਕੀ ਹੋਇਆ ਹੋਊਗਾ ਦੇਖੋ ਜੇ ਗੈਸਟਰੋਇੰਟਾਈਟਸ ਹੈਗਾ ਸਾਡੇ ਵੱਲੋਂ ਜੋ ਸਾਰੇ ਟੈਸਟ ਨੇਗੇ ਲੁਡੀਨ ਦੇ ਟੈਸਟ ਕੀਤੇ ਜਾ ਫਰੀ ਆਫ ਕਾਸਟ ਕੀਤੇ ਜਾ ਰਹੇ ਨੇਗੇ ਜੋ ਵੀ ਰਿਪੋਰਟ ਹੋਊਗੀ ਉਹਦੇ ਮੁਤਾਬਕ ਯਾਰ ਤੁਹਾਨੂੰ ਦੱਸ ਦਿੱਤਾ ਜਾਵੇਗਾ ਕੀ ਮਾੜਾ ਖਾਣਾ ਖਾਣ ਦੇ ਨਾਲ ਵੀ ਇਦਾਂ ਹੋ ਸਕਦਾ ਜਾਂ ਜੋ ਬੱਚੇ ਨਹੀਂ ਹਿਸਟਰੀ ਦੇ ਰਹੇ ਨੇਗੇ ਵੀ ਅਸੀਂ 2-3 ਦਿਨ ਪਹਿਲਾਂ ਖਾਣਾ ਖਾਦਾ ਸੀਗਾ ਉਸ ਤੋਂ ਬਾਅਦ ਸਾਡੇ ਹਲਕ ਹਲਕੇ ਪੇਟ ਦਰਦ ਹੁੰਦਾ ਸੀਗਾ ਤੇ ਰਾਤ ਸਾਨੂੰ ਜਿਹੜੇ ਅਚਾਨਕ ਸਾਡੀ ਜਿਹੜੀ ਹੈ ਪੇਟ ਦਰਦ ਸਾਡਾ ਉਹ ਵੱਧ ਗਿਆ